हेलो सारिआं नूं प्यार भरी सति श्री अकाल ते तुहाडे सारिआं दा स्वागत है जी चैनल रंगला पंजाब गंगसर ते। अज आपां बनावांगे तंदूर ते रोटियां ते हारे दे विच कढ़ी बनावांगे ते उह वीडियो तुहाडे नाल आपां शेयर करांगे कि किस तरह इह सारा कामकार हुंदा गा। ते जेकर तुसीं चैनल ते नवें हो तां चैनल नूं सबसक्राइब जरूर कर दिओ। वीडियो वधिया लगदियां ने तां वीडियोस नूं लाइक भी करिआ करो ते कमेंट करके भी दस्सिआ करो कि वीडियोस किद्दां दीआं लगदियां ने। कई वीडियोस दे विच जिन्हां दे विच सिर्फ मैं हुन्नी आ हना लाइक बच्चे हुंदे ने उस वीडियो दे कमेंट्स ऑफ हो जांदे ने, ओ ऑटोमैटिकली यूट्यूब दे वल्लों असीं टाइम टू टाइम उन्हां नूं अनेबल करदे रहिंदे ने। थोड़ा टाइम लगदा गा बट ओह अनेबल हो जांदे ने। सो तुसीं टाइम कढ के कमेंट जरूर कर दिया करो। चलो जी हुण आपां अज दी वीडियो स्टार्ट करदे आ। ਤਾਂ ਸਭ ਤੋਂ ਪਹਿਲਾਂ ਤਾਂ ਜੀ ਰਿਪਨ ਇੱਥੇ ਅੱਗ ਮਚਾ ਕੇ ਦੇਖ ਰਿਹਾ ਗਾ। ਉਹ ਕਹਿੰਦਾ ਪਹਿਲਾਂ ਮੈਂ ਮਚਾ ਕੇ ਦੇਖਣੀ ਆ, ਫਿਰ ਆਪਾਂ ਚਲੋ ਉਹਨੂੰ ਫੜਾਤੀ ਹੈਗੀ ਆ, ਡੱਬੀ ਮਚਾ ਕੇ ਦੇਖ ਲੂਗਾ। ਮੱਚ ਗਈ ਤਾਂ ਵੀ ਠੀਕ ਆ, ਨਹੀਂ ਮੱਚੀ ਤਾਂ ਵੀ ਠੀਕ ਆ। ਸੋ ਆਪਾਂ ਨੂੰ ਟਰਾਈ ਕਰਨ ਦੇ ਦਿੰਦੇ ਹਾਂ, ਫਿਰ ਦੇਖਦੇ ਹਾਂ ਵੀ ਕੀ ਬਣਦਾ, ਮੱਚਦੀ ਆ ਕਿ ਨਹੀਂ ਮੱਚਦੀ। ਉਹ ਨਹੀਂ ਗਿੱਲਾ ਹੋ ਗਿਆ। ਦੋ ਟਰਾਈ ਕਰਨ ਤੋਂ ਬਾਅਦ ਰਿਪਨ ਤੋਂ ਅੱਗ ਮੱਚ ਚੁੱਕੀ ਆ ਤੇ ਇੱਥੇ ਆਪਾਂ ਹੁਣ ਉਹਨੂੰ ਸੈਂਟਰ ਦੇ ਵਿੱਚ ਕਰਤਾ ਗਾ ਕਿਉਂਕਿ ਵਿਚਾਲੇ ਜ਼ਿਆਦਾ ਅੱਗ ਚਾਹੀਦੀ ਹੁੰਦੀ ਆ, ਪਾਸੇ ਪੂਸੇ ਦਾ ਤਾਂ ਕੋਈ ਨੀ। ਤੇ ਹੁਣ ਆਪਾਂ ਅੰਦਰੋਂ ਆ ਜਿਹੜੀ ਪਤੀਲੀ ਵੀ ਚੱਕ ਕੇ ਲਿਆ, ਇਹਦੇ ਵਿੱਚ ਕੜੀ ਦਾ ਸਮਾਨ ਆ ਜਿਹੜਾ ਸਾਰਾ, ਵੇਸਨ ਵੁਸਨ ਹੁੰਦਾ ਜੋ ਵੀ ਹੁੰਦਾ ਗਾ, ਤੇ ਉਹ ਆਪਾਂ ਸਾਰਾ ਹੁਣ ਪਤੀਲੇ ਦੇ ਵਿੱਚ ਪਾ ਲਿਆ ਗਾ। ਤੇ ਇਹਦੇ ਨਾਲ ਮਸਾਲੇ ਮਸੂਲੇ ਜੋ ਵੀ ਕੁਛ ਹੁੰਦਾ ਸਾਰੀ ਤਿਆਰ ਕਰਕੇ ਅੰਦਰੋਂ ਲੈ ਆਏ ਆ ਤੜਕਾ ਲਾ ਕੇ। ਤੇ ਹੁਣ ਆਪਾਂ ਇਹਨੂੰ ਇੱਥੇ ਬਾਹਰ ਰੱਖ ਦਿੰਦੇ ਹਾਂ, ਹਾਰੇ ਦੇ ਵਿੱਚ ਮੱਚਣ ਅੱਗ ਮਚਾਤੀ ਹੈਗੀ ਹੈ ਤੇ ਵਿੱਚ ਆਪਾਂ ਇਹਨੂੰ ਰਿੱਝਣ ਦੇ ਲਈ ਰੱਖ ਦਿੰਦੇ ਹਾਂ। ਤੇ ਇੱਧਰ ਨਾਲ ਹੀ ਆਪਣਾ ਤੰਦੂਰ ਪਿਆ, ਆਪਾਂ ਇਹਨੂੰ ਵਾਲਾਂਗੇ ਜਦੋਂ ਆਪਣੀ ਕੜੀ ਥੋੜੀ ਜਿਹੀ ਤਿਆਰ ਹੋ ਜੂਗੀ। ਉਦੋਂ ਬਾਅਦ ਆਪਾਂ ਇੱਥੇ ਰੋਟੀਆਂ ਲਾਵਾਂਗੇ ਤੰਦੂਰ ਦੀਆਂ। ਤੇ ਇੱਧਰ ਜੀ ਤੰਦੂਰ ਪਿਆ ਵਾ ਤੇ ਉਹਦੇ ਵਿੱਚ ਆਪਾਂ ਅੱਗ ਮਚਾਤੀ ਹੈਗੀ ਆ। ਅੱਗ ਥੋੜ੍ਹੇ ਜਿਹਾ ਗਰਮ ਹੋਣ ਦੇ ਵਿੱਚ ਇਹਨੂੰ ਟਾਈਮ ਲੱਗੂਗਾ ਕਿਉਂਕਿ ਪੂਰਾ ਗਰਮ ਕਰਨਾ ਹੁੰਦਾ। ਜਿੰਨਾ ਟਾਈਮ ਪੂਰਾ ਕਲਰ ਦਾ ਰੈੱਡ ਰੈੱਡ ਨਾ ਨਿਕਲਾ ਉਦੋਂ ਤੱਕ ਆਪਾਂ ਅੱਗ ਆ ਜਿਹੜੀ ਵਿੱਚ ਮੱਚਦੀ ਰਹਿਣੀ ਰੱਖਣੀ ਹੁੰਦੀ ਹੈਗੀ ਆ ਤਾਂ ਕਿ ਪੂਰਾ ਸੇਕ ਆ ਜਦੋਂ ਰੋਟੀਆਂ ਲਾਏਗੀ ਉਦੋਂ ਆਪਾਂ ਨੂੰ ਅੱਗ ਨਾ ਮਚਾਉਣੀ ਪਵੇ। ਸੋ ਇਸ ਤਰ੍ਹਾਂ ਆਪਾਂ ਅੱਗ ਮਚਾ ਕੇ ਰੱਖਤੀ ਆ। ਹੁਣ ਜਦੋਂ ਪੂਰਾ ਗਰਮ ਹੋ ਗਿਆ ਰੈੱਡ ਹੋ ਗਿਆ ਉਦੋਂ ਆਪਾਂ ਰੋਟੀਆਂ ਲਾਉਣ ਆਵਾਂਗੇ। ਉਨਾ ਟਾਈਮ ਜੀ ਆਪਾਂ ਅੰਦਰ ਆਟੇ ਦੇ ਜਿਹੜੇ ਪੇੜੇ ਕਰ ਲੈਣੀ ਆ, ਜਿਵੇਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਹੀ ਹੋ ਰਿਹਾ ਗਾ। ਪੇੜੇ ਬਣਾ ਕੇ ਫਿਰ ਆਪਾਂ ਬਾਹਰ ਲੈ ਜਾਵਾਂਗੇ ਤਾਂ ਕਿ ਜਿਹੜਾ ਤੰਦੂਰ ਆ ਜ਼ਿਆਦਾ ਵੀ ਗਰਮ ਨਾ ਹੋਵੇ, ਨਾਲ ਨਾਲ ਆਪਾਂ ਰੋਟੀਆਂ ਲਾ ਕੇ ਤੇ ਅੰਦਰ ਲੈ ਆਵਾਂਗੇ। ਤੰਦੂਰ ਤੇ ਰੋਟੀ ਲਾਉਣ ਦੇ ਵਿੱਚ ਜਿਹੜਾ ਜ਼ਿਆਦਾ ਟਾਈਮ ਨਹੀਂ ਲੱਗਦਾ ਗਾ, ਥੋੜ੍ਹੇ ਟਾਈਮ ਦੇ ਵਿੱਚ ਹੀ ਜਿਹੜੀਆਂ ਰੋਟੀਆਂ ਬਣ ਜਾਂਦੀਆਂ ਨੇ ਕਿਉਂਕਿ ਜਿਹੜਾ ਤੰਦੂਰ ਆ ਪਹਿਲਾਂ ਹੀ ਗਰਮ ਹੁੰਦਾ ਗਾ ਤੇ ਪੇੜੇ ਆਪਾਂ ਕਰਕੇ ਲੈ ਜਾਂਦੇ ਹਾਂ। ਬਸ ਪੇੜੇ ਭੰਨ ਭੰਨ ਕੇ ਤੰਦੂਰ ਦੇ ਵਿੱਚ ਲਾਏ ਜਾਣੇ ਹੁੰਦੇ ਆ ਤੇ ਉੱਧਰ ਜਿਹੜੀਆਂ ਰੋਟੀਆਂ ਆਪਣੀਆਂ ਤਿਆਰ ਹੋਈ ਜਾਂਦੀਆਂ। ਕੋਈ ਜ਼ਿਆਦਾ ਔਖਾ ਕੰਮ ਨਹੀਂ ਗਾ, ਜਿਹਦੇ ਘਰੇ ਤੰਦੂਰ ਹੈਗਾ ਟਰਾਈ ਜ਼ਰੂਰ ਕਰਕੇ ਦੇਖਿਓ। ਬਾਕੀ ਅਸੀਂ ਤਾਂ ਜਿਹੜਾ ਤਵਾ ਹੁੰਦਾ ਉਹਦੇ 'ਤੇ ਵੀ ਤੰਦੂਰ ਵਾਲੀਆਂ ਰੋਟੀਆਂ ਲਾ ਲੈਂਦੇ ਹਾਂ। ਸੌਖੀਆਂ ਵੀ ਆ, ਕਈ ਲੋਕ ਲਾਉਂਦੇ ਵੀ ਹੋਣਗੇ ਤਵੇ 'ਤੇ ਵੀ ਰੋਟੀਆਂ ਤੰਦੂਰ ਵਾਲੀਆਂ ਕਿਉਂਕਿ ਇੰਨਾ ਔਖਾ ਕੋਈ ਕੰਮ ਵੀ ਨਹੀਂ ਹੈਗਾ, ਬਸ ਰੋਟੀ ਨੂੰ ਗਿੱਲਾ ਕਰਕੇ ਲਾਉਣਾ ਹੁੰਦਾ ਗਾ। ਅਤੇ ਜੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਿਓ। ਚਲੋ ਜੀ ਹੁਣ ਆਪਾਂ ਰੋਟੀ ਲੱਗ ਚੁੱਕੇ ਹਾਂ ਅਤੇ ਨਾਲ ਨਾਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ। ਵੀਡੀਓ ਜਿਹੜੀ ਜ਼ਿਆਦਾ ਲੰਬੀ ਨਹੀਂ ਹੋਊਗੀ, ਬਾਕੀ ਆਪਾਂ ਕੁਝ ਕੁ ਪਾਰਟ ਆ ਜਿਹੜੇ ਹੋਰ ਵੀਡੀਓਜ਼ ਦੇ ਵੀ ਐਡ ਕੀਤੇ ਨੇ ਵਿੱਚ, ਕਿਉਂਕਿ ਤੰਦੂਰ 'ਤੇ ਰੋਟੀਆਂ ਲਾਉਣੀਆਂ ਤਾਂ ਮਿੰਟੋ ਮਿੰਟ ਹੀ ਲੈ ਜਾਂਦੀਆਂ ਨੇ ਤਾਂ ਉਹ ਇੰਨੀ ਵੱਡੀ ਵੀਡੀਓ ਨਹੀਂ ਹੋਊਗੀ। ਅਤੇ ਆਪਾਂ ਵੀਡੀਓ ਨੂੰ ਵਿੱਚ ਮਤਲਬ ਵੀ ਜ਼ਿਆਦਾ ਫੋਕੀ ਜੀ ਵੀਡੀਓ ਨੂੰ ਕਹਿਣ ਦਾ ਮਤਲਬ ਵੀ ਆਪਾਂ ਕੋਈ ਟੋਪਿਕ ਰਿਲੇਟਡ ਵੀਡੀਓ ਲੈ ਕੇ ਆਉਣੇ ਹੁੰਦੇ ਆ ਤਾਂ ਕਿ ਜਿਹੜੀ ਆਡੀਅੰਸ ਆ ਦੇਖਣ ਵਾਲੀ ਉਹ ਵੀ ਬੋਰ ਨਾ ਹੋਵੇ, ਇਸ ਲਈ ਆਪਾਂ ਮੇਨ ਟੋਪਿਕ 'ਤੇ ਵੀਡੀਓ ਬਣਾਈ ਆ। ਜ਼ਿਆਦਾ ਜੇ ਥੋੜ੍ਹੇ ਟਾਈਮ ਜੀ ਹੋਊਗੀ ਤਾਂ ਵੀ ਕੋਈ ਚੱਕਰ ਨਹੀਂ, ਹੈ ਨਾ, ਜੇ ਜ਼ਿਆਦਾ ਟਾਈਮ ਦੀ ਹੋਊਗੀ ਤਾਂ ਵੀ ਕੋਈ ਚੱਕਰ ਨਹੀਂ। ਬਸ ਮੇਰਾ ਸਪੈਸ਼ਲੀ ਇਹ ਮੋਟਿਵ ਹੁੰਦਾ ਗਾ ਕਿ ਵੀਡੀਓ ਦੇ ਵਿੱਚ ਕੁਝ ਜ਼ਿਆਦਾ ਨਾ ਸ਼ੋਅ ਹੋਵੇ, ਵੀ ਜੇ ਮੇਨ ਟੋਪਿਕ ਆ ਸਿਰਫ ਉਹੀ ਸ਼ੋਅ ਹੋਵੇ, ਜ਼ਿਆਦਾ ਵੀ ਫੋਕੀ ਜੀ ਵੀਡੀਓ ਨਾ ਹੋਵੇ, ਕਹਿਣ ਦਾ ਮਤਲਬ ਟੋਪਿਕ ਰਿਲੇਟਡ ਹੀ ਵੀਡੀਓ ਹੋਵੇ।
ਸੋ ਇਸ ਤਰ੍ਹਾਂ ਜੇ ਆਪਾਂ ਰੋਟੀਆਂ ਲਾ ਲੈਂਦੇ ਹਾਂ, ਰੋਟੀ ਨੂੰ ਗਿੱਲਾ ਕਰਨਾ ਹੁੰਦਾ ਗਾ, ਪੇੜੇ ਨੂੰ ਉਵੇਂ ਭੰਨਣਾ ਹੁੰਦਾ ਗਾ ਹੱਥਾਂ ਦੇ ਨਾਲ। ਅਤੇ ਕਈ ਲੋਕ ਆ ਜਿਹੜੇ ਵੇਲ ਕੇ ਵੀ ਰੋਟੀਆਂ ਲਾਉਂਦੇ ਨੇ, ਬਹੁਤ ਲਾਉਂਦੇ ਆ, ਉਹ ਉਵੇਂ ਵੀ ਸਹੀ ਬਣਦੀਆਂ, ਬਟ ਉਵੇਂ ਥੋੜ੍ਹਾ ਮਤਲਬ ਫਰਕ ਪੈ ਜਾਂਦਾ ਗਾ, ਮੋਟੀ ਪਤਲੀ ਦਾ ਕੁਝ ਹੋਰ ਤਾਂ ਜ਼ਿਆਦਾ ਚੇਂਜ ਨਹੀਂ ਹੁੰਦਾ ਗਾ। ਅਤੇ ਆਪਾਂ ਨੂੰ ਖਾਣ ਦੇ ਵਿੱਚ ਵੀ ਟੇਸਟ ਦਾ ਕੋਈ ਫਰਕ ਨਹੀਂ ਪੈਂਦਾ, ਬਸ ਖੁਦ ਨੂੰ ਫੀਲ ਜਿਹਾ ਹੁੰਦਾ ਵੀ ਹਾਂ ਅੱਜ ਆਪਾਂ ਵੇਲ ਕੇ ਲਾਈਆਂ, ਚਾਹੇ ਅੱਜ ਆਪਾਂ ਹੱਥਾਂ ਦੇ ਨਾਲ ਲਾਈਆਂ ਨੇ। ਬਸ ਰੋਟੀ ਨੂੰ ਗਿੱਲਾ ਕਰਕੇ ਅਤੇ ਆਪਾਂ ਤੰਦੂਰ ਦੇ ਅੰਦਰ ਲਾ ਦੇਣਾ ਹੁੰਦਾ ਗਾ, ਤੀਆਂ ਇਹ ਰੋਟੀਆਂ ਬਣ ਜਾਂਦੀਆਂ ਨੇ, ਕਿਉਂਕਿ ਤੰਦੂਰ ਆ ਜਿਹੜਾ ਪੂਰਾ ਸੇਕਿਆ ਵਾ ਹੁੰਦਾ। ਤੇ ਬਾਹਰ ਮੰਮਾ ਰੋਟੀ ਲਈ ਆਉਂਦੇ ਨੇ ਹਲੇ, ਤੇ ਇੱਧਰ ਆਪਣੀ ਕੜੀ ਵੀ ਆ ਜਿਹੜੀ ਤਿਆਰ ਆ। ਕਲਰ ਥੋੜ੍ਹਾ ਵੀਡੀਓ ਦੇ ਵਿੱਚ ਸਹੀ ਨਹੀਂ ਆ ਰਿਹਾ, ਲੈਟ ਮੀ ਸ਼ੋ ਯੂ। ਹਾਂਜੀ, ਇਹ ਰੀਅਲ ਕਲਰ ਆਪਣੀ ਕੜੀ ਦਾ ਨਾ, ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ, ਕਿਉਂਕਿ ਨਾ ਥੋੜ੍ਹੇ ਟਾਈਮ ਵੀ ਪਈ ਹੈਗੀ, ਤਾਂ ਥੋੜ੍ਹੇ ਆ ਵਿੱਚ ਲਾਈਕ ਗੰਢਾ ਟਾਈਪ ਜਿਹਾ ਬਣ ਜਾਂਦੀਆਂ ਨੇ। ਸੋ ਇਹ ਹੈਗੀ ਆਪਣੀ ਕੜੀ, ਅਤੇ ਹੁਣ ਆਪਾਂ ਪਹਿਲਾਂ ਕੌਲੀਆਂ ਦੇ ਵਿੱਚ ਪਾ ਲੈਂਦੇ ਹਾਂ ਖਾਣ ਵਾਸਤੇ। ਜੇ ਤੁਹਾਨੂੰ ਕੜੀ ਦੀ ਰੈਸਿਪੀ ਚਾਹੀਦੀ ਹੈ, ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ, ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਤੇ ਏਕਮ ਇਕੱਠੇ ਖਾਂਦੇ ਹੁੰਦੇ ਹਾਂ, ਅਤੇ ਮੰਮਾ ਅਤੇ ਡੈਡੀ ਇਕੱਠੇ ਖਾਂਦੇ ਹੁੰਦੇ ਨੇ ਰੋਟੀ, ਸਾਰੇ ਇਕੱਠੇ ਲਾ ਕੇ ਖਾਂਦੇ, ਕਿਉਂਕਿ ਤੰਦੂਰ 'ਤੇ ਰੋਟੀਆਂ ਲਾਉਣ 'ਚ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਗਾ, ਤਾਂ ਫਿਰ ਇਕੱਠੇ ਖਾ ਲੈਂਦੇ ਹਾਂ। ਅਤੇ ਇਹ ਜੀ ਆਪਾਂ ਦੋ ਕੌਲੀਆਂ ਦੇ ਵਿੱਚ ਜਿਹੜੀ ਕੜੀ ਪਾ ਲਈ ਆ, ਅਤੇ ਵਿੱਚ ਰੱਖ ਦਿੰਦੇ ਹਾਂ ਚਮਚੇ। ਡੈਡੀ ਖਾਂਦੇ ਨੇ ਚਾਰ, ਅਤੇ ਨੀਚੇ ਆਪਣਾ ਚਾਰ ਹੈਗਾ। ਇਹ ਫੈਵੀਕੋਲ ਵਾਲੇ ਡੱਬੇ ਦੇ ਵਿੱਚ ਪਾ ਕੇ ਰੱਖਿਆ, ਕਿਉਂਕਿ ਡੱਬੇ ਕਾਫੀ ਵੱਡੇ ਚਾਹੀਦੇ ਹੁੰਦੇ ਨੇ। ਸੋ ਹੁਣ ਆਪਾਂ ਕੜੀ ਵੀ ਪਾ ਲਈ ਹੈ, ਅਤੇ ਚਾਰ ਵੀ ਰੱਖ ਲਿਆ ਸਾਈਡ 'ਤੇ, ਵਿੱਚ ਆਪਾਂ ਮੱਖਣੀ ਪਾ ਲਈ ਹੈ, ਅਤੇ ਇੱਧਰ ਆਪਣੀਆਂ ਰੋਟੀਆਂ ਵੀ ਤਿਆਰ ਨੇ, ਤੁਸੀਂ ਦੇਖ ਸਕਦੇ ਹੋ। ਸੋ ਆਪਣੀ ਬਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਜਿਹੜੀ ਵੀਡੀਓ ਥੋੜ੍ਹੀ ਜਿਹੀ ਛੋਟੀ ਰਹਿ ਗਈ, ਕਿਉਂਕਿ ਜਿੰਨਾ ਕੁ ਸੀਗਾ ਓਨਾ ਕੁ ਆਪਾਂ ਸ਼ੇਅਰ ਕਰ ਲਿਆ। ਜਿੰਨੀ ਕੁ ਵੀ ਵੀਡੀਓ ਸੀਗੀ, ਮੈਨੂੰ ਲੱਗਦਾ ਤੁਹਾਨੂੰ ਵਧੀਆ ਲੱਗੀ ਹੋਊਗੀ, ਅਤੇ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ, ਅਤੇ ਜੇ ਚੈਨਲ 'ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਓ। ਸੋ ਬਾਏ ਬਾਏ, ਥੈਂਕ ਯੂ। ਚਲੋ ਜੀ, ਹੁਣ ਆਪਾਂ ਰੋਟੀ ਪਾਣੀ ਖਾ ਲਿਆਗਾ, ਅਤੇ ਹੁਣ ਮੈਂ ਅਤੇ ਮੰਮਾ ਚੱਲੇ ਹਾਂ ਬਾਜ਼ਾਰ ਸਕੂਟਰੀ 'ਤੇ, ਕਿਸੇ ਜ਼ਰੂਰੀ ਕੰਮ ਚੱਲੇ ਹਾਂ। ਸੋ ਆਪਾਂ ਅੱਗੇ ਦੇਖਦੇ ਹਾਂ। ਮਾੜਾ ਮੋਟਾ ਹੀ ਲੈ ਕੇ ਆਇਆ, ਮਸਾਂ ਬਸ ਇੰਨਾ ਸ਼ੁਕਰ ਮਨਾਵਾਂ, ਬਸ ਸੁੱਖੀ ਸਾਂਦੀ ਘਰੇ ਪਹੁੰਚ ਗਏ, ਮੇਰਾ ਸੂਟ ਲੈ ਕੇ ਆਏ ਆ। ਲੈਟਸ ਸ਼ੋ ਯੂ। ਸੋ ਇਹ ਹੈਗਾ ਕਰੀਮ ਕਲਰ ਦਾ, ਮੈਂ ਪਿਓਰ ਆ ਸਿਲਕ ਨਾ, ਇਹ ਹੈਗੀ ਕਰੇਵ ਸਿਲਕ ਆਹ ਵਾਲੀ ਕਰੀਮ ਕਲਰ ਦੇ ਵਿੱਚ ਆ। ਅਤੇ ਇੱਕ ਮੈਨੂੰ ਡੈਡੀ ਨੇ ਦੁਪੱਟਾ ਲਿਆ ਕੇ ਦਿੱਤਾ ਸੀ, ਤਿੱਤਲੀਆਂ ਵਾਲਾ, ਇਹ ਰੈੱਡ ਕਲਰ ਦਾ ਤਿੱਤਲੀਆਂ ਵਾਲਾ ਗਾ, ਕਲਰ ਵਿੱਚ ਪਿੰਕ ਆ ਰਿਹਾ, ਬਟ ਇਹ ਰੈੱਡ ਕਲਰ ਆ, ਦੇਖ ਸਕਦੇ ਹੋ। ਅਤੇ ਇਹਦੇ ਨਾਲ ਆਪਾਂ ਨੂੰ ਬਾਹਰੋਂ
कपड़ा आया सी, किसने सानू भेजा सी रेड कलर दा। इहदी आपां सलवार बनावांगे, क्रीम अपना कमीज हो जूगा ते चिट्टियां ली अपनी चुन्नी है। तो यह जो रेड वाला है ये पूरा सूट का कपड़ा है, भी इस दो सूट बन जाएंगे मेरा ते मम्मा दा। पर मम्मा कहंदे भी आप बिल्कुल सारा रेड नहीं बनाना, सोहना नहीं लगता, सो इस वास्ते आप थोड़े नाल कॉम्बीनेशन बना के लेके आए हैं। एक मेरी मेहंदी की कीप, ये मेहंदी मैंने बहुत शौक है लाने का, मेरे हाथ से लगी होंगी है, हम वावा टाइम हो गया सिलाई नहीं सी, इस वास्ते मैं लेके आई हाँ। कमीज़ का मैं पेंटिंग करनी है, माई पेंटिंग इज वेरी गुड, तो वे मैं कलर्स लेके आई हाँ। कलर मैं थोड़ा दिखा दी हाँ, कलर मैं फुल वाली वेल पाने, थोड़ा मैं फ्लावर भी दिखाई है कि मैं बनाया डिजाइन। तो ये है अपना डिजाइन, ये तो किसी होर सूट पर करेंगे, मैं वैसे ही आपके वालों डिजाइन बनाया से एक ब्लॉक पेंटिंग, इन्हों ब्लॉक पेंटिंग कहते हैं जी, आप पेंट करते हैं फ्लावर्स, ये ब्लॉक पेंटिंग वाला डिजाइन मैं खुद क्रिएट किया, देख सकते हो वॉटर कलर के क्रिएट किया हो मेरे चैनल पर खुशमहक जोत पर, वो थोनों वीडियो भी मिल जूगी, मैं कमेंट पिन कर दूंगी, तुम उत जाके देख लो जिन्हें डिजाइन देखना गा भी किस तरह का। सो होर बस तो आप पेंट लेके आए, पेंट दिखा दें कि कलर ने आप वेल पावे दिखाने लक्ष्मी। सो यह हैगा एक येलो वाइट ग्रीन तो रेड कलर, यह हैगा वाइट कलर एक्रेलिक पेंट, यह हैगा येलो कलर रेड एंड डार्क ग्रीन, एक हैगा ये मीडियम, ये कलर पक्का करने वास्ते मीडियम हों गा। ये वीडियो भी थोड़े नाल शेयर करूँगी भी किस तरह मैं पेंट किया, पहला से उन्होंने कहा भी है ना तो सू डिजाइन पा के दे दो, फिर बस गल जी बनी नहीं, सो फिर हम आप आपका पेंट करांगे जी। बस आज की वीडियो आप इन्ना ही शेयर किया गा, सुबह थोड़े नाल शेयर किया तंदूर दियां रोटियां, सुबह इसलिए सिर्फ अज असी वीडियो वास्ते सुबह लाइया ने, उ असी डेली रात नूं तंदूर वालियां रोटियां ही खाने हैं, क्योंकि रात नूं फिर सानूं कईआं ने कहा सीगा भी तुसीं तंदूर ते मिट्टी लाई तां दिखाती है, पर आए नहीं दिखाया भी रोटियां लाइया है ना एरा वगैरह, तो रात में क्योंकि नेरा बहुत हों 8:30 बजे तंदूर तो पाने हैं, तो रोटी लेट खाने असी, फिर उदू वीडियो सही नहीं आती, इस वास्ते असं सवेरे थोड़ा पका के दिखाती हैं। तो उस तो बाद जी आप हम बाजार गए से वो थोड़े वीडियो शेयर कर ली, तो बस इन्ना की सी अज की वीडियो के, उम्मीद है कि थोड़ा वीडियो वधिया लगी होगी, तो लाइक शेयर कमेंट करके जरूर दस्यो एंड चैनल सबसक्राइब भी कर दो जेकर चैनल तो नवे हो। तो थैंक यू फॉर वॉचिंग, बाय।